ਦੁਸ਼ਮਣਾਂ ਦਾ ਇੱਕ ਮੀਆਂਵਾਰ ਸਮੰਗਲੀ ਰੋਡ ਦੇ ਕਰੀਬ ਡੀਐਸਪੀ ਦੀ ਗਾਡੀ ਤੇ ਫਾਇਰਿੰਗ ਦੋ ਮੁਹਾਫਿਜ਼ ਸ਼ਹੀਦ ਡੀਐਸਪੀ ਦੀ ਗਾਡੀ ਬੁਲੇਟ ਪ੍ਰੂਫ ਹੈ ਮੁਹਾਫਿਜ਼ਾਂ ਜਵਾਬੀ ਫਾਇਰਿੰਗ ਵੀ ਕੀਤੀ ਡੀਆਈਜੀ ਅਬਦੁਲ ਰਜ਼ਾਕ ਚੀਮਾ ਮੁਲਕੀ ਖਜ਼ਾਨਾ ਲੁੱਟਣ ਵਾਲਿਆਂ ਦਾ ਇਹਤਸਾਬ ਜ਼ਰੂਰੀ ਹੈ ਕੌਮ ਅਦਲੀਆ ਦੇ ਬਾਅਦ ਇਹਤਸਾਬ ਦੇ ਇਦਾਰੇ ਵਾਲੇ ਪਾਸੇ ਦੇਖਦੀ ਪਈ ਹੈ ਮਨੀ ਲਾਂਡਰਿੰਗ ਤੇ ਕਰਪਸ਼ਨ ਦੇ ਸਬੂਤਾਂ ਦੇ ਬਾਵਜੂਦ ਖਾਜਾ ਆਸਿਫ ਦੇ ਖਿਲਾਫ ਨੈਬ ਦੀ ਖਾਮੋਸ਼ੀ ਸਮਝ ਤੋਂ ਬਾਹਰ ਹੈ ਇਮਰਾਨ ਖਾਨ ਉਸਮਾਨ ਡਾਰ ਕੋ ਪਾਰਟੀ ਵਫਦ ਦੇ ਨਾਲ ਚੇਅਰਮੈਨ ਨੈਬ ਨਾਲ ਮੁਲਾਕਾਤ ਦੀ ਹਿਦਾਇਤ ਔਰ ਸ਼ਰੀਫ ਮਿਊਂਸੀਪਲ ਕਮੇਟੀ ਦੀ ਨਾਅਹਲੀ ਤਾਰੀਖੀ ਸ਼ਹਿਰ ਗੰਦੇ ਤੇ ਬਦਬੂਦਾਰ ਪਾਣੀ ਵਿੱਚ ਬੁੱਢ ਗਿਆ ਮਨਸੂਬੇ ਤਰੇ ਤਰੇ ਵਾਰੀ ਮੁਕੰਮਲ ਥਿਮਣ ਦੇ ਬਾਵਜੂਦ ਕਰਪਸ਼ਨ ਸ਼ਹਿਰੀਆਂ ਦੀਆਂ ਮੁਸ਼ਕਲਾਂ ਕੰਮ ਨਾ ਥਿਮਣ ਦਿੱਤੀਆਂ